ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਮੇਰਾ ਨਾਮ ਹੈ ਜਸ਼ਨਪ੍ਰੀਤ ਸਿੰਘ ਭੁੱਲਰ ਤੇ ਮੈਂ ਪੰਜਾਬ ਪੁਲਿਸ ਵਿੱਚ ਆਏ ਸਬ ਇੰਸਪੈਕਟਰ ਪੋਸਟਡ ਹਾਂ। ਅੱਜ ਦੀ ਇਸ ਵੀਡੀਓ ਵਿੱਚ ਜਿਹੜੀ ਕਾਂਸਟੇਬਲ ਪੰਜਾਬ ਪੁਲਿਸ ਦੀ ਭਰਤੀ ਚੱਲ ਰਹੀ ਹੈ ਉਹਦੇ ਬਾਰੇ ਗੱਲ ਕਰਾਂਗੇ ਥੋੜੀ ਜੀ। ਸਭ ਤੋਂ ਪਹਿਲਾਂ ਤਾਂ ਮੈਂ ਇੱਕ ਹੁਣੇ ਲੇਟੈਸਟ ਵੀਡੀਓ ਬਣਾਈ ਸੀਗੀ, ਤੁਸੀਂ ਇਸੇ ਚੈਨਲ ਤੇ ਦੇਖ ਸਕਦੇ ਹੋ ਵੀ ਜਿਹੜੇ ਕੈਂਡੀਡੇਟਸ ਨੇ ਵੀ ਫਿਜ਼ੀਕਲੀ ਜਾਣਾ ਕਾਂਸਟੇਬਲ ਦੀ, ਤਾਂ ਉਹਨਾਂ ਨੂੰ ਜ਼ਰੂਰੀ ਕਿਹੜੇ ਦਸਤਾਵੇਜ਼ ਜਾਂ ਡਾਕੂਮੈਂਟਸ ਹੈ ਜਿਹੜੇ ਜ਼ਰੂਰੀ ਚਾਹੀਦੇ ਹੋਣਗੇ ਡਿਊਰਿੰਗ ਤੁਹਾਡੇ ਫਿਜ਼ੀਕਲ ਤੋਂ ਪਹਿਲਾਂ ਡਾਕੂਮੈਂਟ ਵੈਰੀਫਿਕੇਸ਼ਨ ਦੇ ਟਾਈਮ, ਤਾਂ ਉਹ ਵੀਡੀਓ ਜ਼ਰੂਰ ਦੇਖ ਲਿਓ। ਤੇ ਉਸ ਤੋਂ ਬਾਅਦ ਅੱਜ ਤੁਹਾਨੂੰ ਇੰਪੋਰਟੈਂਟ ਇਨਫੋਰਮੇਸ਼ਨ ਦੇਣੀ ਸੀਗੀ। ਟੈਲੀਗ੍ਰਾਮ ਗਰੁੱਪ ਤੇ ਵੀ ਮੈਂ ਸਾਰਿਆਂ ਨੂੰ ਦੱਸਿਆ ਕਿ ਜਿਹੜੇ ਸਟੂਡੈਂਟਸ ਦਾ 12 ਦਸੰਬਰ ਨੂੰ ਐਗਜ਼ਾਮ ਆ PSSSB ਦਾ ਕਲਰਕ ਦਾ ਜਾਂ ਕੋਈ ਹੋਰ ਐਗਜ਼ਾਮ ਹੋਵੇ ਕਿਸੇ ਦਿਨ ਵੀ ਤੁਹਾਡਾ ਐਗਜ਼ਾਮ ਜਿਹੜਾ ਉਹ ਕਲੈਸ਼ ਹੋ ਰਿਹਾ ਫਿਜ਼ੀਕਲ ਦੇ ਨਾਲ, ਤਾਂ ਉਹਦਾ ਇੱਕ ਸੋਲੂਸ਼ਨ ਹੈਗਾ ਵੀ ਤੁਸੀਂ ਹੈਲਪ ਡੈਸਕ ਤੇ ਜਾ ਕੇ ਆਪਦੇ ਲੌਗਇਨ ID ਤੋਂ ਹੈਲਪ ਡੈਸਕ ਤੇ ਜਾ ਕੇ ਤੁਸੀਂ ਕੁਐਰੀ ਪਾ ਸਕਦੇ ਹੋ ਵੀ ਸਾਨੂੰ ਜਿਹੜੀ ਫਿਜ਼ੀਕਲ ਦੀ ਡੇਟ ਆ ਕੋਈ ਹੋ ਦਿੱਤੀ ਜਾਵੇ ਤਾਂ ਤੁਹਾਡਾ ਉਹ ਜਿਹੜੀ ਪ੍ਰੋਬਲਮ ਹੈ ਉਹ ਰਿਜ਼ੋਲਵ ਹੋ ਜਾਊਗੀ। ਉਸ ਤੋਂ ਬਾਅਦ ਵੀ ਜੇ ਕਿਸੇ ਨੂੰ ਪ੍ਰੋਬਲਮ ਆਉਂਦੀ ਹੈ ਵੀ ਉਹਦੀ ਸੋਲੂਸ਼ਨ ਨਹੀਂ ਨਿਕਲੀ ਚੀਜ਼ ਦਾ 1-2 ਦਿਨ ਦੇ ਵਿੱਚ, ਤਾਂ ਮੈਨੂੰ ਟੈਲੀਗ੍ਰਾਮ ਤੇ ਮੈਸੇਜ ਕਰ ਸਕਦਾ। ਟੈਲੀਗ੍ਰਾਮ ਗਰੁੱਪ ਦਾ ਜਿਹੜਾ ਨਾਮ ਆ ਉਹ ਸਬ ਇੰਸਪੈਕਟਰ PP ਆ, ਉੱਥੇ ਜਾ ਕੇ ਤੁਸੀਂ ਉਹਦੇ ਓਨਰ ਵਿੱਚ ਮੈਂ ਹੈਗਾ ਆ, ਮੈਨੂੰ ਮੈਸੇਜ ਕਰ ਸਕਦੇ ਹੋ ਵੀ ਆਹ ਪ੍ਰੋਬਲਮ ਰਿਜ਼ੋਲਵ ਨਹੀਂ ਹੋਈ। ਉਸ ਤੋਂ ਬਾਅਦ ਹੁਣ ਇੱਕ ਇੰਪੋਰਟੈਂਟ ਗੱਲ ਹੋਰ ਕਰਨੀ ਸੀ ਤੁਹਾਡੇ ਨਾਲ। ਤੁਹਾਨੂੰ ਪਤਾ ਜਿਵੇਂ ਜਦੋਂ ਦਾ ਹੀ ਰਿਜ਼ਲਟ ਆਇਆ ਕਾਂਸਟੇਬਲ ਦਾ, ਉਸ ਤੋਂ ਬਾਅਦ ਹੀ ਬਹੁਤ ਸੁਰਖੀਆਂ ਵਿੱਚ ਰਹੀ ਹੈ ਜੀ, ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਰਹੀ ਹੈ ਵੀ ਜਿਹੜੀ ਲਿਸਟ ਆਈ ਸੀ ਕੈਂਡੀਡੇਟਸ ਦੇ ਨੰਬਰਾਂ ਵਾਲੀ, ਉਹਨਾਂ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਚੀਜ਼ਾਂ ਵਾਇਰਲ ਹੋਈਆਂ ਤੇ ਲੋਕਾਂ ਨੇ ਇਹ ਕਿਹਾ ਵੀ ਜਿਹੜੇ ਕੁਛ ਨਾਮ ਨੇ ਲਿਸਟ ਦੇ ਵਿੱਚ ਕੈਂਡੀਡੇਟਸ ਦੇ ਵੀ ਉਹ ਕਿੱਦਾਂ ਦੇ ਨਾਮ ਨੇ ਵੀ ਉਹ ਸਹੀ ਨਹੀਂ ਹੋ ਸਕਦੇ, ਜਿਵੇਂ ਕਿ 2 ਨਾਮ ਜਿਹੜੇ ਬਹੁਤ ਜ਼ਿਆਦਾ ਚੱਕੇ ਗਏ ਸੀ, ਇੱਕ ਤਾਂ ਡਰੋਨ ਨਾਮ ਸੀ ਤੇ ਇੱਕ ਰੋਮਾਂਸ ਨਾਮ ਸੀਗਾ। ਇਹ ਦੋਵੇਂ ਕੈਂਡੀਡੇਟਸ ਦੇ ਨਾਮ ਬਹੁਤ ਜ਼ਿਆਦਾ ਚੱਕੇ ਗਏ ਤੇ ਲੋਕਾਂ ਨੇ ਬਹੁਤ ਇਹਨੂੰ ਵਾਇਰਲ ਕੀਤਾ ਵੀ ਇਹ ਕਿੱਦਾਂ ਦੇ ਨਾਮ ਹੈ, ਇਹ ਫੇਕ ਹੈ ਫੇਕ ਹੈ। ਤਾਂ ਉਹਦੀ ਕਲੈਰਿਟੀ ਲਈ ਕਿ ਇਹ ਚੀਜ਼ ਫੇਕ ਨਹੀਂ ਹੈਗੀ, ਪੰਜਾਬ ਪੁਲਿਸ ਦੇ ਕੰਸਰਨ ਸਟਾਫ ਨੇ ਉਹ ਸਟੂਡੈਂਟਸ ਨੂੰ ਫਾਈਂਡ ਆਊਟ ਕੀਤਾ ਤੇ ਉਹਨਾਂ ਦੀ ਵੀਡੀਓ ਬਣਾਈ ਆ ਜਿਹੜੀ ਤੁਸੀਂ ਦੇਖ ਸਕਦੇ ਹੋ। ਮੇਰਾ ਨਾਮ ਦਰੋਣ ਹੈ ਤੇ ਮੈਂ ਪੰਜਾਬ ਪੁਲਿਸ ਕਾਂਸਟੇਬਲ ਦੀ ਭਰਤੀ ਭਰੀ ਸੀ, ਜਿਹਦੇ ਵਿੱਚ ਮੇਰਾ ਨਾਮ ਫਿਜ਼ੀਕਲੀ ਮੈਰਿਟ ਲਿਸਟ ਵਿੱਚ ਆਇਆ ਹੈ ਤੇ ਕਈ ਯੂਟਿਊਬ ਵਾਲੇ ਮੇਰੇ ਨਾਮ ਨੂੰ ਫੇਕ ਦੱਸ ਰਹੇ ਨੇ ਤੇ ਮਜ਼ਾਕ ਉਡਾ ਰਹੇ ਨੇ, ਜਿਹਦੇ ਕਰਕੇ ਮੈਨੂੰ ਪਰੇਸ਼ਾਨੀ ਹੋ ਰਹੀ ਹੈ। ਕਿਰਪਾ ਕਰਕੇ ਤੁਸੀਂ ਆ ਨਾ ਕਰੋ ਤੇ ਤੁਸੀਂ ਮੇਰਾ ਆਧਾਰ ਕਾਰਡ ਦੇਖ ਸਕਦੇ ਹੋ। ਮੇਰੇ ਆਧਾਰ ਕਾਰਡ ਤੇ ਮੇਰਾ ਨਾਮ ਦਰੋਣ ਲਿਖਿਆ ਹੋਇਆ ਤੇ ਪਰ ਜਦ ਮੈਂ ਫੋਰਮ ਭਰੇ ਸੀ ਉੱਥੇ ਸਰਨੇਮ ਭਰਨਾ ਜ਼ਰੂਰੀ ਸੀਗਾ ਤੇ ਮੇਰਾ ਸਰਨੇਮ ਕੁਛ ਹੈ ਨਹੀਂ, ਇਸ ਕਰਕੇ ਮੈਨੂੰ ਆਪਣਾ ਨਾਮ ਡਬਲ ਵਾਰੀ ਫਿਲ ਕਰਨਾ ਪਿਆ ਤੇ ਉੱਥੇ ਦਰੋਣ ਦਰੋਣ ਸ਼ੋ ਹੋ ਰਿਹਾ। ਧੰਨਵਾਦ। ਹੈਲੋ, ਨਮਸਕਾਰ ਸਰ। ਸਰ ਮੇਰਾ ਨਾਮ ਰੋਮਾਂਸ ਹੈ, ਪੰਜਾਬ ਪੁਲਿਸ ਸਟੇਜ 1 ਕਲੀਅਰ। ਬਹੁਤ ਦਿਨੋਂ ਸੇ ਸਰ ਫੇਕ ਖਬਰ ਫੈਲਾਈ ਜਾ ਰਹੀ ਹੈ ਕਿ ਇਹ ਨਾਮ ਰੀਅਲ ਨਹੀਂ ਹੈ, ਜੋ ਕਿ ਇੱਕ ਰੀਅਲ ਨਾਮ ਹੈ। ਸਰ ਇਹ ਮੇਰਾ ਵੋਟਰ ਕਾਰਡ, ਇਹ ਮੇਰਾ ਲਾਇਸੈਂਸ, ਜੋ ਕਿ ਰੀਅਲ ਹੈ। ਇਹ ਪੰਜਾਬ ਪੁਲਿਸ ਕਾ ਫੋਰਮ ਫਿਲ ਕਰਨੇ ਕਾ ਇੱਕ ਪ੍ਰੋਸੈਸ ਥਾ, ਜੋ ਨਾਮ 2 ਵਾਰ ਸ਼ੋ ਕਰ ਰਹੇ ਹੈ, ਰੋਮਾਂਸ ਰੋਮਾਂਸ, ਜੋ ਕਿ ਸਹੀ ਨਾਮ ਹੈ। ਤਾਂ ਜਿਵੇਂ ਹੁਣ ਤੁਸੀਂ ਵੀਡੀਓ ਵੇਖੀ ਡਰੋਨ ਦੀ ਤੇ ਰੋਮਾਂਸ ਦੀ, ਤਾਂ ਤੁਹਾਨੂੰ ਮੇਰੇ ਖਿਆਲ ਵਿੱਚ ਇਹ ਕਲੀਅਰ ਹੋ ਗਿਆ ਹੋਊਗਾ ਵੀ ਇਹ ਜਿਹੜੇ ਕੈਂਡੀਡੇਟ ਸੀਗੇ ਕੋਈ ਫੇਕ ਕੈਂਡੀਡੇਟ ਨਹੀਂ ਸੀਗੇ, ਰੀਅਲ ਕੈਂਡੀਡੇਟ ਹੈਗੇ ਨੇ ਇਹ। ਤਾਂ ਇੱਕ ਮੇਰੀ ਤੁਹਾਨੂੰ ਸਾਰਿਆਂ ਨੂੰ ਗੁਜ਼ਾਰਿਸ਼ ਆ ਵੀ ਜਦੋਂ ਵੀ ਕੋਈ ਇਦਾਂ ਦਾ ਐਗਜ਼ਾਮ ਹੁੰਦਾ ਤਾਂ ਪਲੀਜ਼ ਫੇਕ ਚੀਜ਼ਾਂ ਨੂੰ ਨਾ ਕ੍ਰੀਏਟ ਕਰਿਆ ਕਰੋ, ਤੇ ਐਟਲੀਸਟ ਜਦੋਂ ਕੋਈ ਫੇਕ ਚੀਜ਼ ਤੁਹਾਡੇ ਕੋਲ ਆ ਗਈ ਆ ਉਹਨੂੰ ਪਹਿਲਾਂ ਸੋਚ ਸਮਝ ਲਿਆ ਕਰੋ ਤੇ ਵੈਰੀਫਾਈ ਕਰ ਲਿਆ ਕਰੋ ਵੀ ਇਹ ਚੀਜ਼ ਰੀਅਲ ਹੈ ਜਾਂ ਫੇਕ ਆ, ਉਸ ਤੋਂ ਬਾਅਦ ਹੀ ਗਾਂ ਕਿਸੇ ਗਰੁੱਪ ਵਿੱਚ ਸਰਕੂਲੇਟ ਜਾਂ ਫਿਰ ਸੈਂਡ ਕਰਿਆ ਕਰੋ, ਕਿਉਂਕਿ ਬੱਚਿਆਂ ਨੇ ਬਹੁਤ ਤਿਆਰੀ ਕੀਤੀ ਹੁੰਦੀ ਐਗਜ਼ਾਮ ਦੀ ਤੇ ਜਦੋਂ ਇਹੋ ਜਿਹੀਆਂ ਫੇਕ ਚੀਜ਼ਾਂ ਆ ਜਾਂਦੀਆਂ ਅੱਗੇ ਤਾਂ ਮਨੋਬਲ ਬਹੁਤ ਡਿੱਗਦਾ ਆ ਵੀ ਐਂ ਲੱਗਦਾ ਵੀ ਸ਼ਾਇਦ ਪਤਾ ਨਹੀਂ ਕੀ ਹੋਊਗਾ, ਭਰਤੀ ਹੋਵਾਂਗੇ ਕਿ ਨਹੀਂ, ਫੇਕ ਤਾਂ ਨਹੀਂ ਹੋ ਰਿਹਾ ਸਾਰਾ ਕੁਝ। ਤਾਂ ਇਹੋ ਜਿਹੀਆਂ ਫੇਕ ਚੀਜ਼ਾਂ ਨੂੰ ਸਰਕੂਲੇਟ ਨਾ ਕਰਿਆ ਕਰੋ ਤੇ ਇਹ ਚੀਜ਼ਾਂ ਤੁਹਾਨੂੰ ਮੈਂ ਦੱਸਿਆ ਵੀ ਇਹ ਚੀਜ਼ਾਂ ਰੀਅਲ ਨਹੀਂ, ਵੀ ਡਰੋਨ ਤੇ ਰੋਮਾਂਸ ਨਾਮ ਜਿਹੜੇ ਅਸਲੀ ਆ ਤੇ ਬਾਕੀ ਨਾਮ ਵੀ ਜਿਵੇਂ ਕਈ ਜਣੇ ਉਠਾ ਰਹੇ ਸੀਗੇ ਉਹ ਵੀ ਅਸਲੀ ਹੈ, ਤੇ ਕਈ ਚੀਜ਼ਾਂ ਇੱਦਾਂ ਦੀਆਂ ਵੀ ਆ ਵੀ ਕੁਛ ਜਿਹੜੇ ਮੈਂ ਦੇਖੇ ਸੋਸ਼ਲ ਮੀਡੀਆ ਤੇ ਇੱਦਾਂ ਦੀ ਚੀਜ਼ਾਂ ਹੋ ਰਹੀਆਂ ਵੀ ਕਿਸੇ ਕੈਂਡੀਡੇਟ ਦਾ ਮੰਨ ਲਓ ਨਾਮ ਜਤਿੰਦਰ ਸਿੰਘ ਸੀਗਾ, ਉਹਦਾ ਨਾਮ ਖੁਦ ਹੀ ਐਡਿਟ ਕੀਤਾ ਜਾ ਰਿਹਾ ਜਾਂ ਤਾਂ ਕੁਛ ਹੋਰ ਚੇਂਜ ਕਰਕੇ ਜਿਵੇਂ XYZ ਕੁਛ ਵੀ ਨਾਮ ਲਿਖ ਕੇ ਸਰਕੂਲੇਟ ਕਰ ਰਹੇ ਆ, ਤੇ ਨੰਬਰ ਆ ਜਿਹੜੇ ਕਈਆਂ ਦੇ ਜਿਵੇਂ 100 ਵਿੱਚੋਂ ਮੰਨ ਲਓ ਕਿਸੇ ਦੇ 88 ਮਾਰਕਸ ਸੀਗੇ ਉਹਨੂੰ 88 ਨੂੰ ਚਾ ਕੇ 110 ਕਰ ਦਿੱਤੇ ਗਏ ਆ ਜਾਂ 102 ਕਰ ਦਿੱਤੇ ਗਏ ਆ, ਏਦਾਂ ਦੀ ਚੀਜ਼ਾਂ ਬਹੁਤ ਹੋ ਰਹੀਆਂ। ਉਹ ਚੀਜ਼ਾਂ ਤੋਂ ਬਚਣਾ ਆ, ਦੂਰ ਰਹਿਣਾ ਤੇ ਧਿਆਨ ਰੱਖਣਾ ਵੀ ਉਹ ਚੀਜ਼ਾਂ ਫੇਕ ਆ, ਫੇਕ ਚੀਜ਼ਾਂ ਸਰਕੂਲੇਟ ਕੀਤੀਆਂ ਜਾ ਰਹੀਆਂ ਆ, ਪ੍ਰੋਪੇਗੈਂਡਾ ਬਣਾਇਆ ਜਾ ਰਿਹਾ ਵੀ ਭਰਤੀ ਸ਼ਾਇਦ ਵੀ ਨਾ ਸਿਰੇ ਚੜੇ, ਏਦਾਂ ਦੀ ਚੀਜ਼ਾਂ ਤੋਂ ਬਚਣਾ, ਏਦਾਂ ਦੀ ਚੀਜ਼ਾਂ ਵੱਲ ਆਪਣਾ ਧਿਆਨ ਨਹੀਂ ਦੇਣਾ, ਜ਼ਿਆਦਾ ਫੋਕਸ ਨਹੀਂ ਕਰਨਾ, ਆਪਦੇ ਫਿਜ਼ੀਕਲ ਵੱਲ ਧਿਆਨ ਦੇਣਾ। ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਇੱਕ ਇਹ ਗੱਲ ਕਰਨੀ ਸੀਗੀ ਵੀ ਜਿਵੇਂ ਹੁਣ ਤੁਸੀਂ ਦੇਖਿਆ
ਵੀ ਅਸੈਂਸ਼ੀਅਲ ਜਿਹੜੇ ਮਾਰਕਸ ਸੀਗੇ, ਕੁਆਲੀਫਾਈਂਗ ਮਾਰਕਸ ਬਾਰੇ ਵੀ ਗੱਲ ਉੱਠ ਰਹੀ ਆ ਸੋਸ਼ਲ ਮੀਡੀਆ ਵਿੱਚ ਵੀ, ਜਿਹੜੀ ਰਿਕਰੂਟਮੈਂਟ ਸੀਗੀ ਜਿਹੜੀ ਐਡਵਰਟੀਜ਼ਮੈਂਟ ਆਈ ਰਿਕਰੂਟਮੈਂਟ ਦੀ, ਉਹਦੇ ਵਿੱਚ ਲਿਖਿਆ ਗਿਆ ਸੀਗਾ ਵੀ ਮਿਨੀਮਮ ਕੁਆਲੀਫਾਈਂਗ ਮਾਰਕਸ ਜਿਹੜੇ ਐਸ ਸੀ ਕੈਟੇਗਰੀ ਆ ਵਾਸਤੇ ਉਹ 25% ਵਾਲੇ, ਜਨਰਲ ਕੈਟੇਗਰੀ ਵਾਸਤੇ 30%। ਦੇਖੋ ਜੋ ਮੈਨੂੰ ਲੱਗਦਾ ਹੈ ਥੋੜੀ ਜਿਹੀ ਅਵੇਅਰਨੈਸ ਦੀ ਘਾਟ ਹੈ ਸਟੂਡੈਂਟਸ ਨੂੰ, ਕਿਉਂਕਿ ਜਦੋਂ ਮੈਂ ਤਿਆਰੀ ਕਰਦਾ ਸੀ ਮੈਂ ਵੀ 4-5 ਸਾਲ ਤਿਆਰੀ ਕੀਤੀ ਹੈ, ਤੇ ਹੁਣ ਜਦੋਂ ਦੇ ਵੀ ਪੇਪਰ ਹੋ ਰਹੇ ਆ ਗਵਰਨਮੈਂਟ ਐਗਜ਼ਾਮਸ ਹੋ ਰਹੇ ਆ, ਤੇ ਇਹ ਕ੍ਰਾਈਟੀਰੀਆ ਰੱਖਿਆ ਗਿਆ ਹੁੰਦਾ ਹਰੇਕ ਪੇਪਰ ਵਿੱਚ ਹੀ, ਜੇ ਕਿਸੇ ਪੇਪਰ ਵਿੱਚ ਇੰਟਰਵਿਊ ਹੈ ਜਾਂ ਫਿਜ਼ੀਕਲ ਹੈ ਵੀ ਮਿਨੀਮਮ ਕੁਆਲੀਫਾਈਂਗ ਮਾਰਕਸ ਰੱਖੇ ਜਾਂਦੇ ਆ, ਉਹ ਨੀਅਰ ਅਬਾਊਟ 25 ਜਾਂ 30% ਹੀ ਹੁੰਦੇ ਆ ਜੋ ਇਸ ਪੇਪਰ 'ਚ ਸੀਗੇ, ਇੱਦਾਂ ਹੀ ਚੱਲਦਾ ਆ ਰਿਹਾ। ਉਹਦਾ ਮਤਲਬ ਸਮਝੋ, ਉਹਦਾ ਮਤਲਬ ਕੀ ਹੁੰਦਾ, ਸਪੋਜ਼ ਕਰੋ ਵੀ ਟੋਟਲ 10 ਸੀਟਾਂ ਹੀ ਆ, 10 ਬੰਦਿਆਂ ਨੇ ਹੀ ਭਰਤੀ ਹੋਣਾ, ਮਤਲਬ 10 ਹੀ ਸੀਟਾਂ ਆਈਆਂ ਆ ਕਿਸੇ ਐਗਜ਼ਾਮ ਲਈ, ਸਪੋਜ਼ ਕਰ ਲਓ ਕਾਂਸਟੇਬਲ ਹੀ 10 ਪੋਸਟਾਂ ਹੀ ਆਈਆਂ, ਤਾਂ 10 ਪੋਸਟਾਂ ਨੇ, ਤਾਂ ਜੇ ਮੰਨ ਲਓ ਉਹਦੇ ਵਿੱਚ ਜਿਹੜੇ ਜਦੋਂ ਰਿਜ਼ਲਟ ਆਇਆ ਤਾਂ ਟੌਪ ਜਿਹਨੇ ਬੰਦੇ ਨੇ ਕੀਤਾ ਸੀ ਉਹਦੇ 35 ਮਾਰਕਸ ਸੀਗੇ, ਤੇ ਉਸ ਤੋਂ ਬਾਅਦ 35 ਤੋਂ ਲੈ ਕੇ 30 ਤੱਕ ਸਿਰਫ 5 ਬੱਚਿਆਂ ਦੇ ਮਾਰਕਸ ਸੀਗੇ, ਤੇ ਉਸ ਤੋਂ ਬਾਅਦ ਜਿਹੜੇ 5 ਬੱਚੇ ਸੀਗੇ ਹੋਰ, ਉਹਨਾਂ ਦੇ ਮਾਰਕਸ ਜਿਹੜੇ ਉਹ 30 ਤੋਂ ਘੱਟ ਸੀਗੇ, ਜਨਰਲ ਕੈਟੇਗਰੀ ਦੀ ਗੱਲ ਕਰ ਰਹੇ ਹਾਂ। ਤਾਂ ਇਸ ਕੰਡੀਸ਼ਨ ਦੇ ਵਿੱਚ ਸਿਰਫ ਜਿਹੜੇ ਜਿਨ੍ਹਾਂ ਦੇ ਮਾਰਕਸ 30 ਤੋਂ ਉੱਪਰ ਸੀਗੇ ਉਹਨਾਂ ਨੂੰ ਹੀ ਰੱਖਿਆ ਜਾਊਗਾ, ਕਹਿਣ ਦਾ ਭਾਵ ਕੀ ਹੈ ਕਿ 5 ਸੀਟਾਂ ਹੀ ਭਰੀਆਂ ਜਾਣਗੀਆਂ ਤੇ 5 ਸੀਟਾਂ ਖਾਲੀ ਰਹਿਣਗੀਆਂ। ਇਹ ਕ੍ਰਾਈਟੇਰੀਆ ਹੁੰਦਾ ਕੁਆਲੀਫਾਈਂਗ ਮਾਰਕਸ ਦਾ, ਇਸ ਤਰੀਕੇ ਨਾਲ ਕੁਆਲੀਫਾਈਂਗ ਮਾਰਕਸ ਰੱਖੇ ਜਾਂਦੇ ਆ ਵੀ ਇਸ ਤੋਂ ਘੱਟ ਨੰਬਰ ਵਾਲਿਆਂ ਨੂੰ ਤਾਂ ਰੱਖਿਆ ਹੀ ਨਹੀਂ ਜਾਊਗਾ, ਭਾਵੇਂ ਜਿੰਨੇ ਮਰਜ਼ੀ ਕੱਟ ਆਫ ਘੱਟ ਚਲ ਜਾਵੇ। ਇਹ ਕ੍ਰਾਈਟੇਰੀਆ ਹੁੰਦਾ, ਤਾਂ ਇਸ ਚੀਜ਼ ਨੂੰ ਮਿਸ ਇੰਟਰਪ੍ਰੈਟ ਨਾ ਕਰੋ ਵੀ 25% ਘੱਟੋ ਘੱਟ ਚਾਹੀਦੇ ਸੀ ਜਾਂ 30% ਚਾਹੀਦੇ ਸੀ ਤਾਂ ਅਸੀਂ ਸਟੇਜ 2 ਲਈ ਕੁਆਲੀਫਾਈਂਗ ਹੋ ਗਏ ਹਾਂ, ਤੇ ਇਹ ਹਰੇਕ ਪੇਪਰ ਵਿੱਚ ਇਦਾਂ ਹੁੰਦਾ ਆ। ਤੇ ਇਸ ਤੋਂ ਇਲਾਵਾ ਜੇ ਤੁਹਾਨੂੰ ਕੋਈ ਹੋਰ ਵੀ ਡਾਊਟ ਆ ਜੇ ਭਰਤੀ ਦੇ ਰਿਗਾਰਡਿੰਗ, ਤਾਂ ਤੁਸੀਂ ਟੈਲੀਗ੍ਰਾਮ ਗਰੁੱਪ ਤੇ ਮੇਰੇ ਨਾਲ ਜੁੜ ਸਕਦੇ ਹੋ, ਸਬ ਇੰਸਪੈਕਟਰ PP ਨਾਮ ਹੈ ਟੈਲੀਗ੍ਰਾਮ ਗਰੁੱਪ ਦਾ, ਤੇ ਕੋਆਪਰੇਟਿਵ ਇੰਸਪੈਕਟਰ ਦੀਆਂ ਪੋਸਟਾਂ ਜਿਹੜੀਆਂ PPSC ਦੀ ਵੈਬਸਾਈਟ ਤੇ ਅਪਡੇਟ ਕੀਤੀਆਂ ਗਈਆਂ ਵੀ ਆਈਆਂ ਨੇ, ਉਹਦੇ ਬਾਰੇ ਵੀ ਤੁਸੀਂ ਜ਼ਰੂਰ ਪੜ੍ਹਿਓ ਵੀ ਕੀ ਕੁਛ ਹੈਗਾ ਉਹਦੇ ਵਿੱਚ। ਜ਼ਿਆਦਾਤਰ ਕੋਆਪਰੇਟਿਵ ਇੰਸਪੈਕਟਰ ਦਾ ਜਿਹੜਾ ਐਗਜ਼ਾਮ ਪਹਿਲਾਂ ਵੀ ਹੋਇਆ, ਉਹਦੇ ਵਿੱਚ ਜਨਰਲ ਨੌਲੇਜ ਤੇ ਮੈਥ ਤੇ ਰੀਜ਼ਨਿੰਗ ਜ਼ਿਆਦਾ ਆਉਂਦਾ, ਤੇ ਉਹਦੀ ਵੀ ਤਿਆਰੀ ਸ਼ੁਰੂ ਕਰ ਸਕਦੇ ਹੋ। ਰੱਬ ਮਿਹਰ ਕਰੇ ਸਾਰਿਆਂ ਤੇ, ਆਲ ਦਾ ਬੈਸਟ ਸਾਰਿਆਂ ਨੂੰ ਫਿਜ਼ੀਕਲ ਲਈ। ਧੰਨਵਾਦ ਤੁਹਾਡਾ ਸਾਰਿਆਂ ਦਾ, ਵੀਡੀਓ ਦੇਖਣ ਲਈ। ਸਤਿ ਸ਼੍ਰੀ ਅਕਾਲ।